ਸਵਾਗਤ ਹੈ ਜੀ ਤੁਹਾਡਾ ਐਬਸੋਲਿਊਟ ਪੰਜਾਬ ਦੇ ਵਿੱਚ ਤੇ ਆਪਾਂ ਤੁਹਾਡੇ ਨਾਲ ਜਿਹੜੇ ਪਹਿਲਾਂ ਲਗਾ ਮਾਤਰਾ ਕੰਨਾ ਸਿਹਾਰੀ ਬਿਹਾਰੀ ਔਂਕੜ ਸਾਂਝਾ ਕਰ ਚੁੱਕੇ ਹੁਣ ਵਾਰੀ ਹੈਗੀ ਆ ਦੁਲੈਂਕੜ ਦੀ ਦੁਲੈਂਕੜ ਜਿਹੜੇ ਇਹ ਦੋ ਲਕੀਰਾਂ ਥੱਲੇ ਅੱਖਰ ਦੇ ਹੁੰਦੀਆਂ ਅੱਖਰ ਦੀ ਪੂਰੀ ਲੰਬਾਈ ਤੈ ਜਾਂਦੀਆਂ ਤੇ ਇਹਦੇ ਨਾਲ ਆਵਾਜ਼ ਬਣਦੀ ਹੈਗੀ ਆ ਊ ਦੀ ਤੇ ਆਪਾਂ ਥੋੜੇ ਜਿਹੇ ਜਿਹੜੇ ਊ ਆਵਾਜ਼ ਵਾਲੇ ਅੱਖਰ ਉਹ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਵੇ ਕਿ ਜਿਹੜੇ ਇਹ ਅੱਖਰ ਦੇ ਥੱਲੇ ਕਿਸ ਤਰ੍ਹਾਂ ਲਾ ਕੇ ਆਪਾਂ ਕਿਸ ਤਰ੍ਹਾਂ ਜਿਹੜਾ ਉਹਦੀ ਆਵਾਜ਼ ਬਣਾਉਣੀ ਆ ਪਹਿਲਾਂ ਆਪਾਂ ਥੋੜੇ ਜਿਹੇ ਅੱਖਰ ਸ਼ੁਰੂ ਕਰ ਲੈਨੇ ਆ ਖਾਣ ਵਾਲੀ ਜਿਹਦਾ ਹੁੰਦੀ ਆ ਮੂਲੀ ਮਮਾ ਮਾ ਥੱਲੇ ਦੋ ਦੁਲੈਂਕੜ ਲੱਲਾ ਦਿਹਾਰੀ ਇਹ ਹੁਣ ਬਣ ਗਿਆ ਮੂਲੀ ਫੇਰ ਆਪਾਂ ਲਖ ਲੈਨੇ ਆ ਸੂਰਜ ਸ ਸ ਦ ਲੈਂਕੜ ਰ ਰਾਰਾ ਜਜਾ ਸੂਰਜ ਤੇ ਇਦਾਂ ਤੇ ਤੁਹਾਨੂੰ ਪਤਾ ਵੀ ਆਮ ਅੱਖਰ ਜਿਹੜੇ ਆ ਉਹ ਕਾਫੀ ਆ ਜਿਦਾਂ ਆਪਾਂ ਕਹਿੰਦੇ ਆ ਕੂੜਾ ਕਕਾ ਲੈਂਕਰ ਰਾੜੇ ਨੂੰ ਕੰਨਾ ਕੂੜਾ ਸੋਖਾ ਜੱਖਾ ਲਖ ਲੈ ਲੰਨੇ ਆ ਪੂਰਾ ਪੱਪਾ ਪੱਪੇ ਦੇ ਥੱਲੇ ਲੈਂਕਰ ਰਾਰਾ ਰਾਰੇ ਨੂੰ ਬਿਹਾਰੀ ਜੇ ਰਾਰੇ ਨੂੰ ਬਿਹਾਰੀ ਪਾਤੀ ਇਹ ਬਣ ਜਾਣਾ ਪੂਰੀ ਜੇ ਆਪਾਂ ਲਿਖਣਾ ਹੈਗਾ ਆ ਪੂਰਾ ਤਫੇ ਤੁਹਾਨੂੰ ਚੇਤਾ ਹੋਣਾ ਕਿ ਰਾਰੇ ਨੂੰ ਕੰਨਾ ਲਾ ਦੇਣਾ ਜੇ ਇਹ ਨੂੰ ਹੀ ਅੱਖਰ ਨੂੰ ਆਪਾਂ ਬਿਹਾਰੀ ਤੇ ਕੰਨਾ ਦੋ ਆਪਾਂ ਬਰਤਣੇ ਤੇ ਆਪਾਂ ਇਹਨੂੰ ਇਦਾਂ ਕਰ ਸਕਦੇ ਆ ਅੱਖਰ ਜਿਹੜਾ ਆ ਪਪਾ ਤੋਂ ਲੈਂਕੜੇ ਬਣ ਗਿਆ ਪੂ ਬਿਹਾਰੀ ਪੂਰੀ ਜੇ ਆਪਾਂ ਲਿਖਣਾ ਪੂਰੀਆਂ ਕੰਨਾ ਪਰ ਉੱਪਰ ਬਿੰਦੀ ਪਾਉਣੀ ਪੈਂਦੀ ਐ ਇਸ ਕਰਕੇ ਆਪਾਂ ਇਹ ਹਾਲੇ ਰਹਿਣ ਦਿੰਨੇ ਆ ਕਿ ਕੋਈ ਜਿਹੜੀ ਬਿੰਦੀ ਆ ਉਹ ਤੁਸੀਂ ਸਿੱਖੀ ਨਹੀਂ ਤੇ ਇਹਦੇ ਨਾਲ ਇੱਕ ਦੋ ਅੱਖਰ ਹੋਰ ਆਪਾਂ ਲੈ ਕੇ ਤੇ ਮੇਰੇ ਖਿਆਲ ਚ ਆਪਾਂ ਇੱਥੇ ਖਤਮ ਕਰ ਦਵਾਂਗੇ ਥੋੜੇ ਥੋੜੇ ਛੋਟੇ ਜਿਹੇ ਅੱਖਰ ਲਿਖ ਲੈਣੇ ਆ ਤੁਹਾਨੂੰ ਪਤਾ ਆਪਾਂ ਜਿਹੜੇ ਪੈਰਾਂ 'ਚ ਪਾਉਨੇ ਆਂ ਬੂਠ ਬੱਬਾ ਬੱਬੇ ਨਾਲ ਦੋ ਲੈਂਕੜੇ ਜੇ ਥਾਰੇ ਲੱਗਾ ਤਾਂ ਇਹ ਬਣ ਜਾਣੇ ਬੂਠ ਤਾਂ ਤੈਂਕਾ ਬੂਠ ਬਣ ਗਿਆ ਤੇ ਆਪਾਂ ਖਾਣੇ ਵਾਲੇ ਹੁੰਦੇ ਆ ਆਲੂ ਲਖ ਲੈਨੇ ਆ ਐਡਾ ਐਡ ਇਹਨੂੰ ਕੰਨਾ ਆ ਆਲੂ ਲਖਣੇ ਆ ਲੱਲਾ ਲ ਦੋ ਲੈਂਕੜੇ ਆਲੂ ਮੇਰੇ ਖਿਆਲ ਚ ਇੰਨੇ ਅੱਖਰ ਜਿਹੜੇ ਇਹੋ ਕਾਫੀ ਆ ਸਾਡੇ ਲਈ ਕਿਉਂਕਿ ਮੈਂ ਕੋਸ਼ਿਸ਼ ਕਰਦਾ ਕਿ ਸਾਬਕਾ ਆਪਣਾ ਕੋਈ ਵੀ ਬਹੁਤ ਜ਼ਿਆਦਾ ਲੰਮਾ ਨਾ ਹੋਵੇ ਅੱਖਰ ਤੁਸੀਂ ਆਪ ਵੀ ਸੋਚ ਕੇ ਲਿਖਣੇ ਬਣਾਉਣੇ ਆ ਤੇ ਪਿਛਲੇ ਜਿਹੜੇ ਲਗਾ ਮਾਤਰਾ ਮੈਂ ਹਰੇਕ ਵਾਰੀ ਐਂਡ ਤੇ ਕਹਿਣਾ ਹਿੱਤੇ ਕਿ ਉਹ ਤੁਸੀਂ ਨਾਲ ਦੀ ਨਾਲ ਜਿਹੜੀਆਂ ਉਹ ਚੇਤੇ ਰੱਖਣੀਆਂ ਤਾਂ ਕਿ ਤੁਹਾਨੂੰ ਲੰਮੇ-ਲੰਮੇ ਜਿਹੜੇ ਅੱਖਰ ਆ ਉਹ ਚੇਤੇ ਰਹਿਣ ਕਿ ਕਿਸ ਤਰ੍ਹਾਂ ਲਿਖੜੇ ਆ ਤੇ ਤੁਸੀਂ ਖੁਸ਼ ਰਹੋ ਜੀਹਦੇ ਵਾਸਤੇ ਰਹੋ ਆਪਰਾਕਾ